ग्रेट पंजाब टीवी देख रहे सभी दर्शकों का मैं स्वागत करती हाँ। अक्सर ही तुसी पिंडा दे विच जांदे हो ते तुसी देखदे हो उत्थे तुहानू खाण लई बर्फी मिलदी है। जेकर मैं तुहानू कहां कि ओही बर्फी अज अमृतसर दे विच मिल रही है प्योर देसी शुद्ध ते तुसी यकीन करोगे? जी हाँ बिल्कुल तुसी यकीन करोगे। इस दे नाल मैं तुहानू दिखाण वाली हाँ अज जिहड़ी जिहड़ी इत्थे बर्फियां मिल रही है शुद्ध एकदम खोए वाली बेसन दी ते दुध दी बर्फी ते नारियल दी बर्फी स्पैशली तुहाडे लई लै के आई हाँ। खास तरह दीआं बर्फियां जो हत्थां नाल बनांदे ने अपने ते अज इहनां नाल गल्लबात करदे हाँ कि किवें इहनां दी जर्नी स्टार्ट हुई ते जिहड़ी इन्नी टेस्टी टेस्टी बर्फियां हैगियां इह किवें बनांदे ने। सब तों पहला सर मैं तुहाडा स्वागत करना चाहूँगी ग्रेट पंजाब टीवी दे विच। जी आप जी दा बहुत बहुत धन्नवाद जी इत्थे पंगड़ दे। सर पहले तो मैं पूछना चाहूँगी इत्थे तुसीं किहड़ी किहड़ी बर्फियां बनांदे हो? इह बर्फी पैंदी है खोए दी है ਤੇ ਆਪਣਾ ਖੋਆ ਲਿਆ ਕੇ ਤਿਆਰ ਕਰੀ ਦੀ ਹੈ ਔਰ ਉਸ ਤੋਂ ਬਾਅਦ ਇਹ ਵੇਸਣ ਦੀ ਹੈ ਇਹ ਵਾਲੀ ਜਿਹੜੀ ਇਹ ਆਪਣਾ ਵੇਸਣ ਵਧੀਆ ਲਿਆ ਕੇ ਵਧੀਆ ਸਨ ਰਿਫਾਈਂਡ ਤੇਲ ਲਿਆ ਕੇ ਉਹ 'ਚ ਤਿਆਰ ਕਰੀ ਦੀ ਹੈ। ਕੋਈ ਮਾੜੀ ਚੀਜ਼ ਮਤਲਬ ਆਪਣੀ ਵੱਲੋਂ ਆਪਾਂ ਕੋਈ ਵੀ ਗਲਤ ਕੰਮ ਨਹੀਂ ਇਹਦੇ ਵਿੱਚ ਕਰਦੇ। ਸਰ ਮੈਂ ਪੁੱਛਣਾ ਚਾਹੂੰਗੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਬਰਫੀਆਂ ਬਣਾਉਂਦੇ ਹੋਏ? ਇਹ ਪੈਂਦੀ ਡੇਢ ਕੁ ਮਹੀਨਾ ਹੋ ਗਿਆ ਮੈਨੂੰ ਇੱਥੇ ਆਉਂਦਿਆਂ ਨੂੰ ਬਣਾ ਕੇ। ਡੇਢ ਮਹੀਨਾ ਇਸ ਤੋਂ ਪਹਿਲੇ ਤੁਸੀਂ ਕੀ ਕਰਦੇ ਹੁੰਦੇ ਸੀ? ਇਸ ਤੋਂ ਪਹਿਲੇ ਪੈਂਦੀ ਮੈਂ ਬਾਹਰ ਦੀ ਕੰਟਰੀ 'ਚ ਸੀਗਾ ਬਾਹਰ ਸੀਗਾ ਬਾਹਰ ਦੀ ਕੰਟਰੀ 'ਚ ਸੀਗੇ ਕਿਹੜੀ ਕੰਟਰੀ 'ਚ ਸੀਗੇ ਤੁਸੀਂ? ਮੈਂ ਪੈਂਦੀ ਪਹਿਲਾਂ ਸਿੰਗਾਪੁਰ ਰਿਹਾ ਜੇ ਸਿੰਗਾਪੁਰ ਹਾਂਜੀ ਫਿਰ ਮੈਂ ਕੁਵੈਤ ਰਿਹਾ ਜੇ ਉਸ ਤੋਂ ਬਾਅਦ ਮੈਂ ਸਾਊਥ ਅਫਰੀਕਾ ਰਿਹਾ ਜੇ 2-3 ਸਾਲ। ਸਰ ਮੈਂ ਦੇਖਦੀ ਹਾਂ ਅਕਸਰ ਇਹ ਜਿਹੜੇ ਲੋਕ ਹੁੰਦੇ ਆ ਉਹ ਬਾਹਰ ਜਾਂਦੇ ਆ ਤੇ ਉਹ ਵਾਪਸ ਨਹੀਂ ਆਉਂਦੇ ਜਲਦੀ ਘੁੰਮਣ ਲਈ ਥੋੜੇ ਦਿਨਾਂ ਲਈ ਆ ਜਾਂਦੇ ਆ ਬਟ ਤੁਸੀਂ ਵਾਪਸ ਆ ਕੇ ਇਹ ਕੰਮ ਸਟਾਰਟ ਕੀਤਾ ਕਿਵੇਂ? ਇਹ ਪੈਂਦੀ ਕਾਫੀ ਟਾਈਮ ਘੁੰਮ ਫਿਰ ਲਿਆ ਸੀਗਾ ਚਲੋ ਮਤਲਬ ਜਿੰਨਾ ਟਾਈਮ ਸੀਗਾ ਬਾਹਰ ਦੇ ਪ੍ਰਸ਼ਾਦੇ ਕਰਮਾਂ ਜੁਨਾ ਛਕੇ ਤੇ ਹੁਣ ਮੇਰਾ ਇਰਾਦਾ ਬਣਿਆ ਕਿ ਆਪਾਂ ਕੁਛ ਇੱਥੇ ਆਪਣੇ ਸ਼ਹਿਰ 'ਚ ਬੜੀ ਬਾਹਰੋਂ ਆਣ ਕੇ ਲੋਕ ਬਹੁਤ ਕੰਮ ਕਰ ਰਹੇ ਆ ਤੇ ਕਿਉਂ ਨਾ ਹੋ ਗਿਆ ਆਪਣੇ ਸਿਵਰ ਕਰਕੇ ਦੇਖੀਏ ਤੇ ਕੀਤਾ ਖੈਰ ਤੁਹਾਡੇ ਮੀਡੀਆ ਦੇ ਰਾਹੀਂ ਜਾਂ ਹੋਰ ਵੀ ਸੱਜਣਾਂ ਦੇ ਰਾਹੀਂ ਬੜਾ ਵਧੀਆ ਸਹਿਯੋਗ ਮਿਲਿਆ ਇਸ ਤਰ੍ਹਾਂ ਇਹਨਾਂ ਨੇ ਮਤਲਬ ਵੀਡੀਓ ਬਣਾ ਕੇ ਤੇ ਕਾਫੀ ਕਸਟਮ ਆਏ ਚੀਜ਼ ਦੇ ਉੱਤੇ ਲੈਣ ਦੇ ਲਈ ਮਿਠਾਈ ਤੇ ਬੜਾ ਵਧੀਆ ਰਿਸਪੌਂਸ ਮਿਲਿਆ ਜੀ। ਸਪੈਸ਼ਲ ਕੀ ਕਰਦੇ ਹੋ ਤੁਸੀਂ? ਸਪੈਸ਼ਲ ਭਾਂਦੀ ਕੋਈ ਨਹੀਂ ਸਾਦਾ ਹੀ ਹੈ ਜੀ ਇਹਨੂੰ ਕੋਈ ਕੈਮੀਕਲ ਨਹੀਂ ਕੋਈ ਇਹਨੂੰ ਫਾਲਤੂ ਫਲੇਵਰ ਨਹੀਂ ਸੈਂਡ ਨਹੀਂ ਬਿਲਕੁਲ ਸਾਦੀ ਜਿਸ ਤਰ੍ਹਾਂ ਕੋਈ ਇਹਦੇ ਵਿੱਚ ਮਿੱਠਾ ਪਾਇਆ ਤੇ ਉਹਨੂੰ ਜਮਾ ਕੇ ਲੈਂਦਾ ਉਸ ਤੋਂ ਬਾਅਦ ਵੇਸਣ ਹੈ ਇਹਨੂੰ ਘਿਓ 'ਚ ਭੁੰਨਿਆ ਲੈਂਦਾ ਬਸ। ਦੁੱਧ ਕਿਹੜਾ ਯੂਜ਼ ਕਰਦੇ ਹੋ ਕਿੱਥੋਂ ਲਿਆਉਂਦੇ ਹੋ ਤੁਸੀਂ? ਦੁੱਧ ਪੈਣੀ ਸਾਡੇ ਰਿਸ਼ਤੇਦਾਰਾਂ ਦਾ ਵਾ ਉਹਦਾ ਹੀ ਬਣਦਾ ਹੈ ਖੋਆ ਖੋਏ ਦੀ ਬਰਫੀ ਪਿਓਰ ਦੁੱਧ ਲੈ ਕੇ ਆਉਂਦੇ ਹੋ ਤੇ ਉਹਦਾ ਬਣਾਉਂਦੇ ਹੋ? ਜੀ 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 ਪੈਂਦੀ ਤੇ ਤੁਹਾਨੂੰ ਆਈਡੀਆ ਕਿੱਥੋਂ ਆਇਆ ਕਿਵੇਂ ਆਈਡੀਆ ਆਇਆ? ਪੈਂਦੀ ਆਈਡੀਆ ਆਇਆ ਮੈਨੂੰ ਵੀ ਆਪਾਂ ਹੋਰ ਤਾਂ ਕੰਮ ਬਹੁਤ ਕਰਨ ਦੇ ਜਿੱਦਾਂ ਰੇੜੀ ਤੇ ਲਾ ਲਓ ਜਾਂ ਕੋਈ ਫਿਰ ਕੇ ਮੈਂ ਕਿਹਾ ਕਿ ਆਪਾਂ ਵੱਖਰਾ ਜਿਹਾ ਕੰਮ ਕਰਕੇ ਮੈਂ ਵੀ ਉਹੀ ਦੇਖਦੀ ਹਾਂ ਅਕਸਰ ਹੀ ਲੋਕ ਜਿਹੜੇ ਹੁੰਦੇ ਨੇ ਉਹ ਸੋਚਦੇ ਨੇ ਕਿ ਚਲੋ ਰੇੜੀ ਲਾ ਲਈਏ ਜਾਂ ਮੋਮੋਸ ਵਗੈਰਾ ਜਾਂ ਆਹੀ ਚੀਜ਼ਾਂ ਪਰ ਤੁਸੀਂ ਸਪੈਸ਼ਲ ਇਹ ਬਰਫੀ ਦੀ ਲਾਈ ਹੋਈ ਹੈ ਇੱਥੇ ਤੇ ਇਹ ਤੁਹਾਡੀ ਲੋਕੇਸ਼ਨ ਕੀ ਹੈਗੀ ਹੈ ਜਗ੍ਹਾ ਕਿਹੜੀ ਪੈਂਦੀ ਹੈ? ਇਹ ਲੋਕੇਸ਼ਨ ਪੈਂਦੀ ਰਣਜੀਤ ਐਵਨਿਊ ਨੀਅਰ ਦਸਹਿਰਾ ਗਰਾਊਂਡ। ਤੇ ਤੁਹਾਡੀ ਟਾਈਮਿੰਗ ਕੀ ਹੈ ਤੁਸੀਂ ਇੱਥੇ ਕਦੋਂ ਤੋਂ ਕਦੋਂ ਤੱਕ ਆਉਂਦੇ ਹੋ? ਮੈਂ ਟਾਈਮਿੰਗ ਪੈਂਦੀ ਮੈਂ 1 ਵਜੇ ਉਹਨਾਂ ਦੁਪਹਿਰੇ ਤੇ ਤਕਰੀਬਨ ਇਹੀ 6-7 ਵਜੇ ਤੱਕ ਬਸ ਬਸ। ਵੈਸੇ ਇੱਥੇ ਦੀ ਸਪੈਸ਼ਲ ਚੀਜ਼ ਕਿਹੜੀ ਹੈਗੀ ਹੈ ਕਿਹੜੀ ਬਰਫੀ ਜ਼ਿਆਦਾ ਵਿਕਦੀ ਹੈ ਤੁਹਾਡੀ? ਭਾਜੀ ਦੋਨੋਂ ਵਿਕਦੀਆਂ ਨੇ ਜਿਹੜਾ ਜਿਹੜਾ ਮੈਂ ਲੈ ਕੇ ਜਾਂਦਾ ਵਾ ਤੇ ਇੱਕਦਮ ਤੁਸੀਂ ਪਿਓਰ ਬਣਾਉਂਦੇ ਹੋ ਭਾਜੀ ਤੁਸੀਂ ਖਾ ਕੇ ਦੇਖੋ। ਸੱਚੀ ਜਿਵੇਂ ਪਿੰਡਾ 'ਚ ਸਵਾਦ ਆਉਂਦਾ ਨਾ ਕਿ ਇੱਕਦਮ ਟੇਸਟੀ ਵਾਲੀ ਸਾਦਗੀ ਹੈ ਜੀ ਬਸ ਬਸ ਮੇਨ ਸਹੀ ਕਿ ਇੱਕਦਮ ਪਿੰਡਾ ਵਾਲੀ ਸਾਦਗੀ ਹੈਗੀ ਹੈ ਸੱਚੀ ਤੁਸੀਂ ਬਰਫੀ ਖਾ ਕੇ ਦੇਖੋਗੇ ਮੈਂ ਸੱਚੀ ਕਹਿੰਦੀ ਹਾਂ ਤੁਸੀਂ ਫੈਨ ਹੋ ਜਾਓਗੇ ਬਰਫੀ ਦੇ। ਤੇ ਸਰ ਹੋਰ ਕੁਝ ਦੱਸੋ ਮਤਲਬ ਕਦੋਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਣਾਉਂਦੇ ਹੋਏ? ਹਾਂਜੀ ਡੇਢ ਕੁ ਮਹੀਨਾ ਹੋ ਗਿਆ। ਡੇਢ ਮਹੀਨਾ ਹੋਇਆ ਜੀ ਜੀ ਜੀ। ਅਕਸਰ ਹੀ ਮੈਂ ਦੇਖਦੀ ਹਾਂ ਜਿਹੜੇ ਪੰਜਾਬ ਦੇ ਲੋਕ ਹੁੰਦੇ ਉਹ ਬਾਹਰ ਜਾਣਾ ਚਾਹੁੰਦੇ ਬਟ ਤੁਸੀਂ ਬਾਹਰੋਂ ਹੋ ਕੇ ਇੱਥੇ ਆ ਕੇ ਤੇ ਬਰਫੀ ਦਾ ਸਟਾਲ ਲਾਇਆ ਹੋਇਆ ਹੈ। ਜੀ ਜੀ ਜੀ। ਹਾਂਜੀ ਬਾਹਰ ਮਤਲਬ ਜੇ ਮੈਂ ਤਾਂ ਹਰ ਇੱਕ ਨੂੰ ਹੁਣ ਨੌਜਵਾਨ ਪੀੜ੍ਹੀ ਮੈਨੂੰ ਇਹ ਗੱਲ ਹੈ ਜੇ ਕੋਈ ਚੰਗੀ ਐਜੂਕੇਸ਼ਨ ਜਾਂ ਚੰਗਾ ਸਕਿੱਲ ਤੁਹਾਡੇ ਕੋਲ ਹੈਗਾ ਤੇ ਜਾਓ ਹੋਰ ਨੂੰ ਧੱਕੇ ਖਾਣ ਦੀ ਨਾ ਜਾਓ। ਫਿਰ ਠੀਕ ਹੈ ਮੈਂ ਹੁਣ ਇੱਥੇ ਕੰਮ ਕਰਨ ਡਿਆ ਮੈਨੂੰ ਸਕੂਨ ਹੈ ਉੱਥੋਂ ਜਿੰਨੇ ਪੈਸੇ ਤਾਂ ਭਾਵੇਂ ਨਹੀਂ ਬਣਦੇ ਪਰ ਸਕੂਨ ਹੈ ਇੱਥੇ ਆਪਾਂ ਨੂੰ। ਤੁਹਾਨੂੰ ਬਰਫੀ ਬਣਾਉਣੀ ਕਿਵੇਂ ਆਈ? ਪਹਿਲੀ YouTube ਦਾ ਜ਼ਮਾਨਾ ਜੋ ਮਰਜ਼ੀ ਹੈ ਕਿ ਕਰ ਲਓ ਇੱਕ ਵੀ YouTube ਤੇ ਦੇਖ ਕੇ ਤੁਸੀਂ ਇੰਨੀ ਟੇਸਟੀ ਬਣਾ ਰਹੇ ਹੋ ਬਰਫੀ। ਹਾਂਜੀ ਹਾਂਜੀ ਤੁਸੀਂ ਪਹਿਲਾਂ ਥੋੜੀ ਜਿਹੀ ਚੀਜ਼ ਬਣਾ ਕੇ ਦੇਖੋ ਨਾ ਉਹ ਕਿਸ ਤਰ੍ਹਾਂ ਦੀ ਬਣਦੀ ਆ ਆਪਣੇ ਆਪ ਅੱਜ ਨਹੀਂ ਕੱਲ੍ਹ ਤੁਹਾਨੂੰ ਉਹਦਾ ਐਕਸਪੀਰੀਅੰਸ ਹੋ ਜਾਂਦਾ ਇੱਕ ਦੋ ਵਾਰ ਨਹੀਂ ਸਹੀ ਬਣੇਗੀ ਮੰਨ ਲਓ ਘਰ 'ਚ ਤੁਸੀਂ ਕਿਲੋ ਅੱਧਾ ਕਿਲੋ ਬਣਾ ਕੇ ਨਹੀਂ ਇਸ ਤਰ੍ਹਾਂ ਨੇ ਸੇਕ ਵੱਧ ਲੱਗ ਗਿਆ ਤੇ ਘੱਟ ਲੱਗ ਗਿਆ ਤੇ ਜਿਹਨੀ ਚੌਥੀ ਵਾਰ ਤਾਂ ਬਣ ਹੀ ਜਾਣੀ ਹੈ। ਐਕਚੁਅਲੀ ਮੇਰੇ ਨਾਨੀ ਮੰਮਾ ਜੀ ਵੀ ਇੱਦਾਂ ਹੀ ਸੇਮ ਟੇਸਟੀ ਬਣਾਉਂਦੇ ਹੁੰਦੇ ਸੀਗੇ ਮੈਨੂੰ ਸੱਚੀ ਇਹ ਵਾਲੀ ਬਰਫੀ ਖਾ ਕੇ ਨਾ ਉਹਨਾਂ ਦੀ ਯਾਦ ਆ ਗਈ ਤੇ ਕੋਈ ਨਹੀਂ ਇਸ ਵਾਰ ਮੈਂ ਮਿਲਣ ਜਾਊਂਗੀ ਤਾਂ ਉਹਨਾਂ ਨੂੰ ਵੀ ਦੱਸੂਗੀ ਕਿ ਤੁਹਾਡੇ ਵਰਗੀ ਸੇਮ ਬਰਫੀ ਇੱਕ ਅੰਕਲ ਵੀ ਬਣਾ ਕੇ ਦਿੰਦੇ ਨੇ ਤੇ ਅੰਕਲ ਤੁਸੀਂ ਹੋਰ ਸੰਦੇਸ਼ ਕੀ ਦੇਣਾ ਚਾਹੋਗੇ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ? ਮੈਂ ਭੈਣ ਜੀ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜਾ 20-25 ਲੱਖ ਰੁਪਈਆ ਲਾ ਕੇ ਆਪਾਂ ਬਾਹਰ ਜਾਣ ਰਹੇ ਹਾਂ ਪ੍ਰਵਾਸੀ ਲੋਕ ਆਣ ਕੇ ਬਹੁਤ ਵਧੀਆ ਪੈਸੇ ਕਮਾ ਰਹੇ ਆ ਲੇਕਿਨ ਸਾਨੂੰ ਬਿਮਾਰੀ ਹੈ ਕਿ ਆਪਾਂ ਮਹੀਨਾ ਭਰ ਹੁਣ ਇੱਥੇ ਵੇਖੋ 4-4 ਸਾਲ ਤੋਂ ਲੋਕ ਕੰਮ ਕਰ ਰਹੇ ਆ ਲਗਾਤਾਰ ਇੱਕ ਜਗ੍ਹਾ ਬਹਿ ਕੇ
कोई यूपी का कोई बिहार का कोई कदम आ गए सानू लोगों को यह बीमारी है कि दो दिन काम किया तीजे दिन सानू छुट्टी चाहिए है जी सानू घूमना फिरना चाहिए नहीं अगर मेहनत करनी है तो फिर लक बनना पवेगा सब बहना पवेगा इस करके अपनी मेहनत करके तो इतने बड़ा वधिया रोजगार हर ये होर बहुत सारे काम ने करने वाले अपना इतने काम करो कोई चंगा ये वड्डा करो तो जो काम तो वैसे कोई वड्डा छोटा नहीं है काम सारे एक जहाँ मेरी यो बेनती है भी जे इतने पंजाब रह गए तो आप कुछ को कारोबार करिए तो अपना रोटी बन जाए। सर मैं पूछना चाहूँगी गड्डी की दी है ताड़ी है गड्डी मेरी है जी ताड़ी गड्डी है जी जी मतलब तुसी ऐ करके भी तुसी गड्डी चे आंदे जांदे हो जी गड्डी भैन जी हुण 10 12 साल बाहर लगाए है ते गड्डी जो के रह गए से गए हां बिल्कुल एक गड्डी है तां छोटी जी गड्डी है लोकां कोल बहुत बहुत बड़ी गड्डी नहीं फिर भी मतलब तुसी बहुत अच्छा ऐ कीता वा कि गड्डी दे लागे तुसी ऐ लगाया होया है ते मतलब ताड़ा छोटा मोटा भगवान करे बड़ा ही वड्डा होवे तुसी होर स्वीट्स दी शॉप्स वगैरह खोलो ते ए लोकां नूं इतरे टेस्टी टेस्टी बर्फियां खिलाओ एक बारी आके जरूर तुसी इत्थे एक बारी ट्राई करो तो तुहानूं लोकेशन भी दसी है टाइमिंग भी दसी है ते जेकर तुसी पिंडा दी है इन्नी टेस्टी मिठाई खाना चाहुंदे हो तो जरूर एक बारी आयो ते नाल गलबात करियो मंडे नूं छड्ड के बाकी सारे दिन इत्थे अवेलेबल हुंदे ने एक बारी जरूर आके ट्राई करो ते जेकर तुसीं आंदे जांदे इत्थे खाधी होई है मिठाई ते कमेंट बॉक्स में जरूर दस्यो जेकर नहीं खाधी ते एक बारी ट्राई करना जरूर बनता है ते अंकल नूं भी मिल के जाओ बड़े अच्छे हैगे ने इसे दे नाल मैं मधु मिश्रा कैमरामैन अर्श दे नाल ग्रेट पंजाब टीवी अमृतसर।